ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਾਟਰ ਸਾਈਕਲ ਦੇ ਬਾਰੇ। ਵਾਟਰ ਸਾਈਕਲ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਵਾਟਰ ਦੇ ਬਾਰੇ ਗੱਲ ਕਰ ਲੈਂਦੇ ਹਾਂ। ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਅਰਥ ਦੇ ਉੱਤੇ ਕਿੰਨਾ ਪਾਣੀ ਅਵੇਲੇਬਲ ਆ, ਔਰ ਜਿਹੜਾ ਪਾਣੀ ਅਵੇਲੇਬਲ ਆ, ਵਾਟਰ ਅਵੇਲੇਬਲ ਆ, ਉਹ ਕਿਹੜੀ ਸਟੇਟ 'ਚ ਅਵੇਲੇਬਲ ਆ? ਉਹ ਕਿਹੜੀ ਸਟੇਟ 'ਚ? ਲਿਕੁਇਡ ਸਟੇਟ 'ਚ ਅਵੇਲੇਬਲ ਆ ਆਲ ਓਵਰ ਦਾ ਵਰਲਡ, ਹੈ ਨਾ। ਅਤੇ ਲਿਕੁਇਡ ਸਟੇਟ ਦੇ ਵਿੱਚ ਅਵੇਲੇਬਲ ਹੋਣ ਕਰਕੇ ਜਦੋਂ ਵੈਦਰ ਚੇਂਜ ਹੁੰਦਾ ਆ, ਤਾਂ ਇੱਕ ਚੀਜ਼ ਤੁਹਾਨੂੰ ਪਤਾ ਹੀ ਆ, ਪਾਣੀ ਜਦੋਂ ਗਰਮ ਕਰਦੇ ਆ, ਹੋਟ ਹੁੰਦਾ ਆ, ਤਾਂ ਕੀ ਹੁੰਦਾ ਆ? ਸਟੀਮ ਬਣਦੀ ਆ, ਠੀਕ ਆ। ਇਸ ਚੀਜ਼ ਸਾਨੂੰ ਪਤਾ ਆ। ਔਰ ਅਰਥ ਦੇ ਉੱਤੇ ਪਾਣੀ ਹੋਣ ਕਰਕੇ ਜਦੋਂ ਉਹਨੂੰ ਪਾਣੀ ਨੂੰ ਗਰਮ ਕੀਤਾ, ਜਾਂ ਫਿਰ ਮਤਲਬ ਜਦੋਂ ਵੈਦਰ ਚੇਂਜ ਹੁੰਦਾ ਆ, ਸਮਰਸ ਆਈਆਂ, ਠੀਕ ਆ, ਅਤੇ ਜਿਹੜਾ ਅਰਥ ਦੇ ਉੱਤੇ ਪਾਣੀ ਆ ਉਹ ਗਰਮ ਹੋਣ ਲੱਗ ਪਿਆ, ਗਰਮ ਹੋਣ ਤੋਂ ਬਾਅਦ ਵਾਟਰ ਦੇ ਕੀ ਬਣ ਗਏ? ਸਟੀਮ ਹੋ ਕੇ ਵੇਪਰਸ, ਵੇਪਰਸ ਮਤਲਬ ਗੈਸ ਦੀ ਫੋਰਮ 'ਚ ਬਣਦੇ ਆ, ਔਰ ਏਅਰ ਦੇ ਵਿੱਚ ਜਾ ਕੇ ਗੈਸ ਮਿਕਸ ਹੋ ਜਾਂਦੇ ਆ ਏਅਰ ਦੇ ਨਾਲ, ਠੀਕ ਆ, ਇਨ ਦੀ ਫੋਰਮ ਆਫ ਵੇਪਰਸ। ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ? ਇਵੈਪੋਰੇਸ਼ਨ। ਸਿੰਪਲ ਆ, ਵਾਟਰ ਤੋਂ ਗੈਸ ਬਣਦੀ ਜਦੋਂ, ਮਤਲਬ ਕਿ ਲਿਕੁਇਡ ਵਿਲ ਚੇਂਜ ਇਨ ਟੂ ਦਾ ਗੈਸ, ਇਸ ਕੋਲਡ ਇਵੈਪੋਰੇਸ਼ਨ, ਠੀਕ। ਪੂਰੀ ਦੁਨੀਆ ਦੇ ਵਿੱਚ ਦੁਬਾਰਾ ਦੱਸ ਦਿੰਦੀ ਇੱਕ ਵਾਰ, ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰਾ ਪਾਣੀ ਆ। ਪਾਣੀ ਜਦੋਂ ਆ ਵੈਦਰ ਚੇਂਜਿਸ ਹੁੰਦੇ ਆ, ਪਾਣੀ ਅਗਰ ਗਰਮ ਹੋ ਜਾਵੇ ਤਾਂ ਉਹਦੀ ਸਟੀਮ ਹੁੰਦੀ ਆ, ਸਟੀਮ ਜਿਹੜੀ ਆ ਵੇਪਰਸ ਦੀ ਫੋਰਮ 'ਚ ਹੁੰਦੀ ਆ, ਸਟੀਮ ਹੋਣ ਦੇ ਨਾਲ ਗੈਸ ਬਣ ਜਾਂਦੀ ਆ ਵੇਪਰਸ ਦੀ ਫੋਰਮ ਦੇ ਵਿੱਚ, ਔਰ ਗੈਸ ਏਅਰ ਦੇ ਵਿੱਚ ਮਿਕਸ ਹੁੰਦੀ ਆ, ਠੀਕ ਆ। ਪਾਣੀ ਤੋਂ ਗੈਸ ਬਣ ਗਈ, ਮਤਲਬ ਲਿਕੁਇਡ ਟੂ ਗੈਸ, ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ? ਇਵੈਪੋਰੇਸ਼ਨ। ਨੈਕਸਟ ਸਾਡਾ ਆ ਜਾਂਦਾ ਆ ਸੈਕਿੰਡ ਵਨ, ਦੈਟ ਇਜ਼ ਦਾ ਇਵੈਪੋਰੇਸ਼ਨ ਹੋ ਗਈ ਲਿਕੁਇਡ ਤੋਂ, ਔਰ ਜਦੋਂ ਗੈਸ ਤੋਂ ਦੁਬਾਰਾ ਲਿਕੁਇਡ ਬਣ ਜਾਵੇ, ਕਹਿਣ ਦਾ ਮਤਲਬ ਜਿੱਥੇ ਹੁਣ ਅਸੀਂ ਇਹਨੂੰ ਗਰਮ ਕੀਤਾ ਸੀ, ਹੋਟ ਸੀ, ਇਹ ਠੰਡਾ ਹੋ ਜਾਵੇ, ਠੀਕ ਆ, ਕੂਲ ਹੋ ਜਾਵੇ, ਠੰਡਾ ਹੋ ਜਾਵੇ, ਜਦੋਂ ਪਾਣੀ ਠੰਡਾ ਹੋਣਾ ਸ਼ੁਰੂ ਹੋ ਜਾਵੇ, ਤਾਂ ਫਿਰ ਕੀ ਹੁੰਦਾ ਆ? ਗੈਸ ਤੋਂ ਦੁਬਾਰਾ ਲਿਕੁਇਡ ਬਣ ਜਾਂਦਾ, ਔਰ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਇਸ ਪ੍ਰੋਸੈਸ ਨੂੰ ਡੈਟ ਇਜ਼ ਕੋਲਡ ਦਾ ਕੰਡਨਸੇਸ਼ਨ। ਠੀਕ ਆ, ਲਿਕੁਇਡ ਟੂ ਗੈਸ ਡੈਟ ਇਜ਼ ਇਵੈਪੋਰੇਸ਼ਨ, ਗੈਸ ਟੂ ਲਿਕੁਇਡ ਡੈਟ ਇਜ਼ ਕੰਡਨਸੇਸ਼ਨ, ਇਹ ਦੋ ਚੀਜ਼ਾਂ ਹੋ ਗਈਆਂ। ਕੰਡਨਸੇਸ਼ਨ ਜਦੋਂ ਹੁੰਦੀ ਆ ਨਾ, ਕੰਡਨਸੇਸ਼ਨ ਹੋ ਗਈ, ਗੈਸ ਸੀਗੀ ਉਹ ਲਿਕੁਇਡ 'ਚ ਬਣ ਗਿਆ, ਤਾਂ ਉਹ ਕੰਡਨਸੇਸ਼ਨ ਹੋ ਗਈ। ਕੰਡਨਸੇਸ਼ਨ ਹੋਣ ਤੋਂ ਬਾਅਦ ਜਿਹੜੇ ਕੰਡੈਂਸ ਡਰੋਪਲੈਟਸ ਆ, ਠੀਕ ਆ, ਉਹ ਕੀ ਕਰਦੇ ਆ? ਇਕੱਠੇ ਹੋਣ ਲੱਗ ਪੈਂਦੇ ਡਰੋਪਲੈਟਸ, ਛੋਟੀਆਂ 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 ਕੰਡੈਂਸ ਹੋਏ, ਮਤਲਬ ਛੋਟੇ 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 ਡਰੋਪਸ ਹੁੰਦੇ ਆ, ਉਹ ਇਕੱਠੇ ਹੋਣ ਲੱਗ ਪੈਂਦੇ, ਕਮ ਟੂਗੈਦਰ। ਜਦੋਂ ਇਕੱਠੇ ਹੁੰਦੇ ਆ, ਠੀਕ ਆ, ਜਦੋਂ ਬਹੁਤ ਸਾਰੇ ਕੰਡੈਂਸ ਡਰੋਪਲੈਟਸ ਜਿਹੜੇ ਆ ਉਹ ਇਕੱਠੇ ਹੁੰਦੇ ਆ, ਤਾਂ ਫਿਰ ਬਣਦੇ ਆ ਬੱਦਲ, ਕਲਾਊਡਸ। ਫਿਰ ਜਦੋਂ ਹੋਰ ਇਕੱਠੇ ਹੋ ਜਾਂਦੇ ਆ, ਮੋਰ ਕਮ ਟੂਗੈਦਰ, ਉਸ ਤੋਂ ਬਾਅਦ ਫਿਰ ਹੋਰ ਮੋਰ ਆਉਂਦੇ ਆ। ਜਿੰਨਾ ਜ਼ਿਆਦਾ ਕੰਡੈਂਸ ਡਰੋਪਲੈਟਸ ਇਕੱਠੇ ਹੋਈ ਜਾਂਦੇ ਆ, ਉਨੇ ਕਲਾਊਡਸ ਜਿਹੜੇ ਆ ਉਹ ਡਾਰਕ ਹੋਈ ਜਾਂਦੇ ਆ, ਡਾਰਕਰ ਕਲਾਊਡਸ ਹੋ ਜਾਂਦੇ ਆ, ਠੀਕ। ਔਰ ਜਦੋਂ ਬਹੁਤ ਹੈਵੀ ਹੋ ਜਾਂਦੇ ਆ, ਜਦੋਂ ਇਹ ਡਾਰਕਰ ਕਲਾਊਡਸ ਜਿਹੜੇ ਆ, ਠੀਕ ਆ, ਇਹ ਪੂਰੀ ਤਰ੍ਹਾਂ ਪਾਣੀ ਨਾਲ ਬਹੁਤ ਜ਼ਿਆਦਾ ਭਰ ਜਾਂਦੇ ਆ, ਫਿਲਡ ਵਿਦ ਵਾਟਰ, ਅਤੇ ਫਿਰ ਉਸ ਟਾਈਮ 'ਤੇ ਕੀ ਹੁੰਦੀ ਆ? ਬਾਰਿਸ਼, ਰੇਨ ਹੁੰਦੀ ਆ। ਔਰ ਜਦੋਂ ਰੇਨ ਹੋ ਗਈ, ਠੀਕ ਹੈ, ਤਾਂ ਇਹਦਾ ਮਤਲਬ ਇਹਨੂੰ ਕੀ ਕਹਿੰਦੇ ਆਪਾਂ? ਪ੍ਰੈਸੀਪਿਟੇਸ਼ਨ। ਠੀਕ ਆ, ਉਸ ਤੋਂ ਬਾਅਦ ਇੱਕ ਚੀਜ਼ ਹੋਰ ਆ ਜਾਂਦੀ ਆ, ਪ੍ਰੈਸੀਪਿਟੇਸ਼ਨ ਕਹਿ ਦਿੰਦੇ ਹਾਂ ਆਪਾਂ ਇਹਨੂੰ। ਇੱਕ ਚੀਜ਼ ਹੋਰ ਤੁਸੀਂ ਦੇਖੀ, ਡਾਰਕਰ ਇਨ ਕਲਰ ਹੁੰਦੇ ਆ ਜਿਹੜੇ, ਸਾਨੂੰ ਬਹੁਤ ਜ਼ਿਆਦਾ ਡਾਰਕ ਇਨ ਕਲਰ ਕਿਉਂ ਹੁੰਦੇ ਆ, ਸਾਨੂੰ ਡਾਰਕ ਕਿਉਂ ਦਿਖਦੇ ਆ? ਕਿਉਂਕਿ ਇਹ ਕੀ ਕਰ ਦਿੰਦੇ ਆ? ਵਾਟਰ ਦਾ ਡਰੋਪਲੈਟ ਜ਼ਿਆਦਾ ਕੰਡੈਂਸ ਹੋਣ ਨਾਲ ਬਲੋਕ ਕਰ ਦਿੰਦੇ ਆ ਸਨਲਾਈਟ ਨੂੰ ਪਾਸ ਹੋਣ ਤੋਂ, ਜਿਸ ਕਰਕੇ ਕੀ ਹੁੰਦੇ ਆ, ਸਾਨੂੰ ਇਹ ਕਾਲੇ ਦਿਖਦੇ ਆ। ਇੱਕ ਹੋਰ ਚੀਜ਼ ਹੁੰਦੀ ਆ, ਜਦੋਂ ਮੀਂਹ ਪੈਂਦਾ ਆ, ਰੇਨ ਪੈਂ ਹੁੰਦੀ ਆ,
उदों सानू की दिखती है, आपां हमेशा कहिंदे उदों ही रेनबो क्यूब आउंदी आ, क्योंकि रेनबो जिहड़े क्लाउड्स आ उहदे विच जिहड़े छोटे छोटे ड्रोपलेट्स आ, रेन दे कुछ ड्रॉप्स आ जिहड़े, ठीक आ, उह की करदे आ उह जदों सनलाइट दे नाल टकराउंदे आ, ठीक, तां इक मैजिक शो करदे आ, मैजिक ऑफ रेन ड्रॉप्स आ। जदों रेन ड्रॉप्स सनलाइट दे नाल टकराए तो उन्होंने की किया, मल्टी कलर से डिवाइड करता, जिन्हों असी की कहता रेनबो, ठीक है, रेन ड्रॉप्स टिनटिनी पार्टिकल्स। उस तो बाद आ जाता है कि यह रेन ड्रॉप्स जब होर उपर जाते हैं, टिनी पार्टिकल्स जड़े आ जिहड़े तां सनलाइट नाल अगर टकरा गए फिर तां रेनबो बन गई, अगर वो नहीं टकराए टिनी पार्टिकल्स और कट्ठे होंदे गए, एक होर ज़्यादा कट्ठे होंदे गए, कट्ठे हो ही गए है ना, तो फिर की होगा, वो कि बन जाते हैं स्नो, और जिहड़ी फिर आपां कहिंदे ना स्नोफॉल हो रहा फिर वो हुंदा है। और तुहानूं पता स्नोफॉल जदों स्नोफॉल मतलब स्नो दे पार्टिकल्स बन जाते हैं, उस तो बाद स्नोफॉल होने विच इट टेक्स 45 मिनट्स, मतलब कि धरती तक पहुँचने स्नो नू 45 मिनट लग जाते हैं स्नोफॉल दे लई। सिंपल सी वाटर साइकिल दे बारे आप गल की, पानी जिहड़ा आ लिक्विड दे विच चेंज होया, मतलब लिक्विड गैस विच चेंज हुई, गैस तो लिक्विड बनया और लिक्विड तो दोबारा तो पानी बनया रेन दी फॉर्म दे विच, यह सारा प्रोसैस की है, डैट इज़ द वॉटर साइकिल। इधर या होर वीडियोज़ देखने लई चैनल नूं लाइक सबसक्राइब करना बिल्कुल ना भुलना। थैंक यू।